ਸਮਾਣਾ ਦੇ ਪਿੰਡ ਕੁਤਮਨਪੁਰ ਤੋਂ ਮਾਝੀ ਜਾਣ ਵਾਲੀ ਸੜਕ ਤੇ ਪਿੰਡ ਰਾਈਸ ਮਿੱਲ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਜਿੱਥੇ ਕਿ ਸੈਲਰ ਮਾਲਕ ਵੱਲ ਦੱਸਿਆ ਗਿਆ ਕਿ ਇੱਥੇ ਜਿਹੜਾ ਪੰਜਾਬ ਸਰਕਾਰ ਦਾ ਝੋਨਾ ਰੱਖਿਆ ਹੈ ਉਹਦੇ ਵਿੱਚ ਬੋਰੀਆਂ 350 ਦੇ ਕਰੀਬ ਇਹਨਾਂ ਦੀ ਚੋਰੀ ਹੋ ਗਈ। ਚਿੰਤਾ ਸੀ ਵੀ ਕੌਣ ਕਰ ਰਿਹਾ, ਸਾਡੇ ਸੈਲਰ ਕੇ ਮੁਲਾਜ਼ਮ ਤੋਂ ਨਹੀਂ ਹੋ ਸਕਦੇ, ਜਿਹੜੇ ਕੰਮ ਕਰਦੀ ਲੇਬਰ ਤੋਂ ਨਹੀਂ ਹੋ ਸਕਦੀ। ਇਹਨਾਂ ਨੇ 2-3 ਦਿਨ ਤੋਂ ਇਸਦੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। ਤੋ ਕੱਲ੍ਹ ਇਹਨਾਂ ਨੇ ਜਦ ਦੇਖਿਆ ਵੀ ਕਥਿਤ ਜਿਹੜੇ ਕਰਦੇ ਸੀ ਇਸ ਵਾਰਦਾਤ ਨੂੰ ਉਹ ਆਏ, ਇਹਨਾਂ ਦਾ ਕਹਿਣਾ ਹੈ ਜਿਹੜੇ ਚੋਰੀ ਕਰਨ ਆਏ ਦੇ ਝੋਨੇ ਕੀ ਬੋਰੀਆਂ, ਉਹਨਾਂ ਨੇ ਇਹਨਾਂ 'ਤੇ ਹਮਲਾ ਕੀਤਾ ਅਤੇ ਇਹਨਾਂ ਨੇ ਬਚਾਵ ਦੇ ਵਿੱਚ ਫਾਇਰ ਕੀਤਾ, ਜਿਸ ਦੇ ਵਿੱਚ ਉਹ ਕਥਿਤ ਜਿਹੜਾ ਝੋਨਾ ਚੁੱਕ ਕੇ ਲੈ ਜਾਂਦੇ ਸੀ ਇੱਕ ਵਿਅਕਤੀ ਜ਼ਖਮੀ ਹੋਇਆ, ਉਹਨੂੰ ਸਮਾਣਾ ਕੇ ਸਰਕਾਰੀ ਹੋਸਪਿਟਲ ਇਲਾਜ ਵਿੱਚ ਦਾਖਲ ਕਰਾਇਆ ਗਿਆ, ਉਸ ਤੋਂ ਬਾਅਦ ਰਾਜਿੰਦਰਾ ਹੋਸਪਿਟਲ ਰੈਫਰ ਕੀਤਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੈਲਰ ਮਾਲਕ ਦੀ ਸ਼ਿਕਾਇਤ 'ਤੇ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਨੂੰ ਕਈ ਦਿਨਾਂ ਤੋਂ ਸ਼ੱਕ ਸੀ ਵੀ ਆਪਣੀਆਂ ਬੋਰੀਆਂ ਚੁੱਕੀਆਂ ਜਾਂਦੀਆਂ, ਅਸੀਂ ਕਈ ਦਿਨਾਂ ਤੋਂ ਤਾਂਘ 'ਚ ਸੀ ਵੀ ਕਿਹੜਾ ਚੋਰ ਹੋਵੇ, ਕੋਈ ਲੇਬਰ ਵਾਲਾ ਹੀ ਨਾ ਹੋਵੇ ਵਿੱਚੋਂ ਰਲ ਮਿਲ ਕੇ ਇਹਨਾਂ ਦੇ ਨਾਲ ਚੋਰੀ ਕਰਦਾ ਹੋਵੇ। ਮੈਂ ਬਿਨਾਂ ਦੱਸਣ ਤੋਂ ਇਹਨਾਂ ਨੂੰ 6:55 'ਤੇ ਆ ਕੇ ਰਾਤ ਆਪਣੇ ਚੱਕੇ ਦੇ ਕੋਲ ਮੈਂ ਬਹਿ ਗਿਆ ਨੇਰੇ ਦੀ ਓਟ ਲੈ ਕੇ। ਕਿੰਨਾ ਕੁ ਮਲ ਪਿਆ ਇੱਥੇ? ਇੱਥੇ ਜੀ ਇੱਕ 'ਚ ਤਾਂ 77,000 ਕੁਛ ਕੱਟੇ ਨੇ ਜੀ, ਇੱਕ 'ਚ 76,000 ਕੁਛ ਕੱਟੇ ਨੇ ਜੀ, ਕੁਝ 1,40,000 ਤੋਂ ਉੱਤੇ ਕੱਟੇ ਨੇ। ਤੇ ਕਿੰਨੇ ਤੁਹਾਡੇ ਕੱਟੇ ਝੋਨੇ ਦੇ ਗਾਇਬ ਹੋ ਗਏ? 350 ਦੇ ਏੜ ਗੇੜ 'ਚ ਅਸੀਂ ਗਿਣਤੀ ਕੀਤੀ ਹੈ ਜਿਹੜਾ ਗਾਇਬ ਹੋ ਗਿਆ। ਤੇ ਕੱਲ੍ਹ ਕੀ ਵਾਰ ਇਹ ਫਿਰ ਰਾਤ ਮੰਨਿਆ ਜੀ ਇਹ ਜਿਹੜੇ ਨੂੰ ਗੋਲੀ ਵੱਜੀ ਹੈ ਵੀ ਅਸੀਂ 10-3 ਗੇੜੇ ਵੀ ਲਾ ਦਿੰਦੇ ਹਾਂ, 3-3 ਕੱਟੇ ਲਿਜਾ ਕੇ 4 ਵੀ ਗੇੜੇ ਲਾ ਜਾਂਦੇ ਹਾਂ ਕਈ ਵਾਰੀ ਰਾਤ ਨੂੰ, ਵੀ ਇੱਥੇ ਕੋਈ ਪੁੱਛਦਾ ਹੀ ਨਹੀਂ ਸੀ ਸਾਨੂੰ। ਕੱਲ੍ਹ ਤੁਹਾਡੇ ਨਾਲ ਕੀ ਹੋਇਆ ਫਿਰ? ਫਿਰ ਕੱਲ੍ਹ ਜੀ ਮੈਂ ਜਦੋਂ ਇਹਨਾਂ ਨੂੰ ਕੱਟੇ ਚੁੱਕਦਿਆਂ ਵੇਖਿਆ, ਮੈਂ ਭੱਜ ਕੇ ਮੈਂ ਕਿਹਾ ਉਹ ਕੌਣ ਹੈ ਇਹਨਾਂ ਅੱਗੂ ਮੇਰੇ 'ਤੇ ਮਾਰੂ ਹਥਿਆਰ ਨਾਲ ਹਮਲਾ ਕੀਤਾ, ਜਿਹੜੀ ਇੱਕ ਹਥਿਆਰ ਜਿਹੜਾ ਜਿਹੜਾ ਇੰਜਰਡ ਹੋਇਆ ਉਹਦੇ ਕੋਲ ਕਿਰਚ ਸੀ, ਉਹ ਜਿਹੜੀ ਉਹ ਮੈਨੂੰ ਮਾਰਨ ਲੱਗਾ, ਮੈਂ ਫਿਰ ਪਿੱਛੇ ਹਟ ਕੇ ਮੈਂ ਫਾਇਰ ਮਾਰਿਆ ਜਿਹੜਾ ਇਹਦੀ ਲੱਤ 'ਚ ਵੱਜਿਆ ਜੀ, ਕੰਧ ਤੋਂ ਥੱਲੇ ਡਿੱਗ ਗਿਆ ਆਪਣੇ ਸ਼ੈਲਰ 'ਚ, ਅਤੇ ਅਸੀਂ ਚੁੱਕ ਕੇ ਉਹਨੂੰ ਦਫ਼ਤਰ ਕੋਲ ਲਾਏ ਸੀ। ਹਾਂ, ਪੁਲਿਸ ਨੂੰ ਸ਼ਿਕਾਇਤ ਕੀਤੀ, 100 ਨੰਬਰ 'ਤੇ ਵੀ ਕੀਤੀ, ਚੌਂਕੀ 'ਚ ਵੀ ਕਿਹਾ ਸੀ, ਡਿਪਟੀ ਸਾਹਿਬ ਵੀ ਆਏ ਨੇ ਰਾਤ, SHO ਸਿਕੰਦ ਜੀ ਵੀ ਆਏ ਨੇ ਅਤੇ ਹੋਰ ਵੀ ਪੁਲਿਸ ਮੁਲਾਜ਼ਮ ਮੌਕੇ 'ਤੇ ਫਿਰ ਪਹੁੰਚ ਗਏ ਸਨ। ਸਾਡੇ ਕੋਲ ਇਤਲਾਹ ਮਿਲੀ ਸੀ ਵੀ ਪਿੰਡ ਰਾਈਸ ਮਿੱਲ ਆ ਹਰਜਿੰਦਰ ਸਿੰਘ ਨਾਮ ਦੇ ਕੁਤਬਨਪੁਰ ਦੇ ਵਾਸੀ ਦੀ, ਜੋ ਇਹ ਪਿੰਡ ਰਾਈਸ ਮਿੱਲ ਆ ਕੁਤਬਨਪੁਰ ਤੋਂ ਫਤਿਹ ਮਾਜਰੀ ਰੋਡ 'ਤੇ ਮੇਨ ਰੋਡ ਦੇ ਉੱਤੇ ਸਥਿਤ ਹੈ। ਅਸੀਂ ਮੌਕਾ ਪਰ ਪਹੁੰਚੇ, ਮੌਕਾ 'ਤੇ ਜਾ ਕੇ ਅਸੀਂ ਹਾਲਾਤ ਅਤੇ ਮਦਈ ਮੁਕੱਦਮਾ ਹਰਜਿੰਦਰ ਸਿੰਘ ਦੇ ਬਿਆਨ ਕਲਮਬੰਦ ਕੀਤੇ ਨੇ, ਠੀਕ ਹੈ। ਉਸ ਦੇ ਮੁਤਾਬਕ ਜਿਹੜੇ ਦੋ ਦੋਸ਼ੀ ਅਤੇ ਨਾਮਜ਼ਦ ਹੋ ਗਏ ਨੇ ਜਸਪ੍ਰੀਤ ਸਿੰਘ ਅਤੇ ਇੱਕ ਰਾਜਾ ਚੀਮਾ, ਜੋ ਇਹਦੇ ਵਿੱਚੋਂ ਜਸਪ੍ਰੀਤ ਸਿੰਘ ਜਦੋਂ ਤੇ ਚੋਰੀ ਕਰਨ ਲਈ ਅੰਦਰ ਵੜੇ ਨੇ ਤਾਂ ਜਿਹੜਾ ਮਾਲਕ ਸੀ ਸੈਲਰ ਦਾ ਉਹ ਰਾਖੀ ਲਈ ਬੈਠਾ ਸੀ ਆਪਣੇ ਮਾਲਕ 12 ਬੋਰ ਦੇ ਨਾਲ, ਜਦੋਂ ਚੋਰੀ ਕਰਨ ਵੜੇ ਤਾਂ ਉਹਨੇ ਆਪਣੇ ਜਾਨ ਮਾਲ ਦੀ ਰਾਖੀ ਲਈ ਅਤੇ ਉਹ ਉਹਨੇ ਫਾਇਰ ਕੀਤਾ, ਇੱਕ ਉਹਦੇ ਫਾਇਰ ਗੋਡੇ ਤੋਂ ਥੱਲੇ ਲੱਗਾ ਤਾਂ ਉਹਨੂੰ ਜ਼ਖਮੀ ਹਾਲਤ ਵਿੱਚ ਮਦਈ ਮੁਕੱਦਮਾ ਅਤੇ ਉਸ ਦੋਸ਼ੀ ਦੇ ਫਾਦਰ ਨੇ ਹੋਸਪਿਟਲ ਦਾਖਲ ਕਰਾਇਆ। ਅਸੀਂ ਮਦਈ ਮੁਕੱਦਮਾ ਦੇ ਬਿਆਨ 'ਤੇ ਮੁਕੱਦਮਾ ਨੰਬਰ 142 ਮਿਤੀ 24/12/23 ਅੰਡਰ ਸੈਕਸ਼ਨ 458 380 511 IPC ਦਰਜ ਕਰ ਦਿੱਤਾ, ਤਫਤੀਸ਼ ਜਾਰੀ ਹੈ। ਦੋ ਖਿਲਾਫ਼ 22 ਨੇ ਮੈਂ, ਬਾਕੀ ਨਾਮਲੂਮ ਨੇ। ਕਿੰਨੇ ਕਿਹਨੇ ਕਿਹਾ ਵੀ ਮੇਰੀ ਚੋਰੀ ਹੋਈ ਹੈ, ਇਕੱਠੇ ਕਿੰਨੇ ਕੁ ਦੱਸੇ ਨੇ? ਉਸ ਦੇ ਦੱਸਣ ਮੁਤਾਬਕ ਤਾਂ 350 ਕੱਟਾਂ ਦਾ ਚੋਰੀ ਹੋ ਗਿਆ, ਜੋ ਇੱਕ ਦਿਨ ਤਾਂ ਨਹੀਂ ਕਹਿੰਦਾ ਵੀ ਮੈਂ ਹੁਣ ਮੈਨੂੰ ਪਤਾ ਲੱਗਾ ਵੀ ਇੰਨਾ ਕੁ ਦੇ ਕਰੀਬ ਹੈਗਾ। ਅਤੇ ਕਿੰਨਾ ਕੁ ਮਾਲ ਪਿਆ ਸੈਲਰ 'ਚ ਦੱਸ ਦਿਓ? ਸੈਲਰ ਦੇ ਵਿੱਚ ਉਹਦੇ ਦੋ ਪਾਰਟ ਨੇ, ਇੱਕ ਪਿੰਡ ਰਾਈਸ ਮਿੱਲ, ਇੱਕ ਪਿੰਡ ਰਾਈਸ ਮਿੱਲ 2।
ਉਹਦੇ ਵਿੱਚ ਦੋ ਪਲਾਂਟ ਲੱਗੇ ਹੋਏ ਨੇ, ਉਹਨਾਂ ਦੇ ਵਿੱਚ ਕਰੀਬ ਡੇਢ ਪੌਣੇ ਦੋ ਲੱਖ ਡੇਢ ਕੁ ਲੱਖ ਦੇ ਕਰੀਬ ਹੈ ਕੱਟਾ। ਜ਼ਖਮੀ ਨੇ ਤੁਹਾਡੀ ਕੋਈ ਗੱਲਬਾਤ ਹੋਈ ਜ਼ਖਮੀ ਨਾਲ? ਜ਼ਖਮੀ ਹੋਇਆ ਉਹਨੂੰ ਕੁਝ ਹੋਈ? ਨਹੀਂ, ਉਹ ਸਾਡੇ ਜਾਣ ਮੌਕੇ 'ਤੇ ਜਾਣ ਤੋਂ ਪਹਿਲਾਂ ਹੌਸਪੀਟਲ ਭੇਜ ਦਿੱਤਾ ਸੀ, ਅਸੀਂ ਉਹ ਕਾਨੂੰਨੀ ਕਾਰਵਾਈ ਕਰਨ ਵਿੱਚ ਰੁੱਝ ਗਏ। ਉਸ ਤੋਂ ਬਾਅਦ ਉਹ ਹੌਸਪੀਟਲ 'ਚ ਹੈ, ਉਹਦਾ ਵੀ ਰਾਤੀ ਰੁੱਕਾ ਆ ਗਿਆ ਸੀ, ਹੌਸਪੀਟਲ ਵੱਲੋਂ ਦਾਖਲ ਹੈ, ਉਹ ਜਾ ਕੇ ਅਸੀਂ ਰਾਤੀ ਵਕਤ ਗੈਰ ਸੀ, ਹੁਣ ਜਾ ਕੇ ਅਸੀਂ ਕਾਰਵਾਈ ਕਰਾਂਗੇ। ਇੱਥੇ ਇੱਕ ਭਿੰਡਰ ਰਾਈਸ ਮਿਲ ਹੈਗੀ ਹੈ ਕੁਦਬਨਪੁਰ 'ਚ, ਇੱਥੇ ਪਿਛਲੇ 2-3 ਦਿਨਾਂ ਤੋਂ ਚੋਰੀ ਹੋ ਰਹੀ ਸੀਗੀ, ਜਿਹੜੇ ਚਾਵਲ ਦੇ ਕੱਟੇ ਨੇ ਉਹ ਚੋਰ ਲੈ ਕੇ ਜਾ ਰਹੇ ਸੀਗੇ, ਅਤੇ ਕੱਲ੍ਹ ਸ਼ਾਮੀ ਵੀ 7 ਵਜੇ ਦੋ ਆਏ ਸੀਗੇ ਮੋਟਰਸਾਈਕਲ 'ਤੇ, ਅਤੇ ਜਿਹੜੇ ਸ਼ੈਲਰ ਦੇ ਮਾਲਕ ਨੇ ਹਰਜਿੰਦਰ ਜੀ, ਉਹਨਾਂ ਨੇ ਇਹ ਇਹਨਾਂ ਨੂੰ ਦੇਖ ਕੇ ਇਹਨਾਂ ਨੇ ਆਪਣੇ ਸੈਲਫ ਡਿਫੈਂਸ 'ਚ ਜਿਹੜੇ ਹੈਗੇ ਨੇ ਇਹਨਾਂ 'ਤੇ ਆਪਣੇ 12 ਬੋਰ ਰਾਈਫਲ ਤੋਂ ਫਾਇਰ ਕੀਤਾ ਸੀਗਾ। ਪਹਿਲਾਂ ਫਾਇਰ ਜਿਹੜਾ ਹੈਗਾ ਹੈ ਇਹਨਾਂ ਦੇ ਦੱਸਣ ਮੁਤਾਬਿਕ ਜਿਹੜੇ ਚੋਰ ਸੀਗੇ ਉਹਨਾਂ ਨੇ ਕੀਤਾ ਸੀਗਾ ਇਹਨਾਂ 'ਤੇ, ਅਤੇ ਇਹਨਾਂ ਨੇ ਆਪਣੇ ਬਚਾਅ 'ਚ ਇਹਨਾਂ 'ਤੇ ਫਾਇਰ ਕੀਤਾ, ਜਿਸ 'ਚ ਇੱਕ 'ਤੇ ਲੱਤ 'ਚ ਗੋਲੀ ਲੱਗੀ ਹੈ ਜਿਹੜਾ ਕਿ ਰਜਿੰਦਰਾ ਹਸਪਤਾਲ 'ਚ ਐਡਮਿਟ ਹੈ, ਅਤੇ ਦੂਜਾ ਹਜੇ ਭੱਜਿਆ ਹੋਇਆ, ਉਹਨੂੰ ਅਸੀਂ ਰਾਊਂਡ ਅਪ ਕਰ ਰਹੇ ਹਾਂ। ਹਾਂਜੀ, ਦੋ ਦੇ ਖਿਲਾਫ਼ ਮਾਮਲਾ ਦਰਜ ਹੋਇਆ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।